ਦੁਨੀਆ ਦੇ ਵਿੱਚ ਕੈਦੀਆਂ ਨੂੰ ਰੱਖਣ ਵਾਸਤੇ ਇੱਕ ਤੋਂ ਵੱਧ ਕੇ ਇੱਕ ਜੇਲ੍ਹਾਂ ਬਣਾਈਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਜੇਲ੍ਹਾਂ ਇੰਨੀਆਂ ਜ਼ਿਆਦਾ ਖਤਰਨਾਕ ਨੇ ਜਿਨ੍ਹਾਂ ਦੇ ਬਾਰੇ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਇਹਨਾਂ ਦੇ ਵਿੱਚੋਂ ਕਈ ਜੇਲ੍ਹਾਂ ਦੇ ਵਿੱਚ ਅਜਿਹੇ ਨਿਰਬਖਸ਼ੀ ਕੈਦੀ ਮੌਜੂਦ ਨੇ ਜੋ ਦੂਜੇ ਕੈਦੀਆਂ ਨੂੰ ਮਾਰ ਕੇ ਆਪਣਾ ਨਿਵਾਲਾ ਬਣਾ ਚੁੱਕੇ ਨੇ। ਸੋ ਆਓ ਤੁਹਾਨੂੰ ਦੁਨੀਆ ਦੀਆਂ ਕੁਝ ਅਜਿਹੀਆਂ ਖਤਰਨਾਕ ਜੇਲ੍ਹਾਂ ਦੇ ਬਾਰੇ ਦੱਸਦੇ ਹਾਂ ਜਿੱਥੇ ਜਾਣ ਤੋਂ ਕੈਦੀ ਤੱਕ ਹੀ ਪੁਲਿਸ ਵਾਲੇ ਵੀ ਥਰ ਥਰ ਕੰਬਦੇ ਨੇ। ਵਿਸ਼ਵ ਭਰ ਦੇ ਦੇਸ਼ਾਂ ਦੇ ਵਿੱਚ ਖੂੰਖਾਰ ਕੈਦੀਆਂ ਨੂੰ ਰੱਖਣ ਦੇ ਲਈ ਬਹੁਤ ਸਾਰੀਆਂ ਖਤਰਨਾਕ ਜੇਲ੍ਹਾਂ ਤਿਆਰ ਕੀਤੀਆਂ ਗਈਆਂ ਨੇ। ਇਹਨਾਂ ਜੇਲ੍ਹਾਂ ਦੇ ਵਿੱਚ ਬਹੁਤ ਸਾਰੀਆਂ ਜੇਲ੍ਹਾਂ ਅਜਿਹੀਆਂ ਨੇ ਜੋ ਨਰਕ ਦੀ ਤਰ੍ਹਾਂ ਜਾਪਦੀਆਂ ਨੇ। ਨੰਬਰ 1, ਗੇਤਾਰਮਾ ਜੇਲ੍ਹ। ਇਹ ਖਤਰਨਾਕ ਜੇਲ੍ਹ ਈਸਟ ਅਫਰੀਕਾ ਦੇ ਵਿੱਚ ਸਥਿਤ ਰਵਾਂਡਾ ਦੇਸ਼ ਦੇ ਵਿੱਚ ਸਥਿਤ ਹੈ। ਇਸ ਜੇਲ੍ਹ ਨੂੰ ਧਰਤੀ ਦਾ ਨਰਕ ਦੱਸਿਆ ਜਾਂਦਾ ਹੈ। ਇੱਕ ਰਿਪੋਰਟ ਦੇ ਮੁਤਾਬਕ ਇਸ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੇ ਬਾਰੇ ਕਿਹਾ ਜਾਂਦਾ ਕਿ ਇੱਥੋਂ ਦੇ ਕੈਦੀ ਇਨਸਾਨ ਨਹੀਂ ਜਾਨਵਰ ਨੇ, ਇਸੇ ਕਰਕੇ ਉਹਨਾਂ ਨੂੰ ਕੁਝ ਵੀ ਕੀਤਾ ਜਾ ਸਕਦਾ ਹੈ। ਇਸ ਜੇਲ੍ਹ ਦੇ ਵਿੱਚ ਬੰਦ ਕੈਦੀ ਨੂੰ ਡਰਾਉਣ ਦੇ ਲਈ ਉਹਨਾਂ 'ਤੇ ਅਣਮਨੁੱਖੀ ਤਸ਼ੱਦਦ ਕੀਤੇ ਜਾਂਦੇ ਨੇ, ਪਰ ਇਸ ਦੇ ਬਾਵਜੂਦ ਇਹ ਕੈਦੀ ਇੰਨੇ ਖੂੰਖਾਰ ਨੇ ਕਿ ਪੁਲਿਸ ਦਾ ਇਹਨਾਂ ਨੂੰ ਰੱਤੀ ਭਰ ਵੀ ਖੌਫ ਨਹੀਂ ਹੈ। ਇਸ ਜੇਲ੍ਹ ਦੇ ਵਿੱਚ ਕੈਦੀਆਂ ਦੇ ਵਿੱਚ ਭਿਆਨਕ ਲੜਾਈ ਹੋਣ ਦੀਆਂ ਗੱਲਾਂ ਆਮ ਨੇ, ਜਿਸ ਵਿੱਚ ਕਈ ਕੈਦੀਆਂ ਦੀ ਜਾਨ ਵੀ ਚਲੀ ਜਾਂਦੀ ਹੈ। ਪਰ ਸਭ ਤੋਂ ਡਰਾਉਣੀ ਅਤੇ ਖਤਰਨਾਕ ਗੱਲ ਇਹ ਹੈ ਕਿ ਇਸ ਜੇਲ੍ਹ ਦੇ ਵਿੱਚ ਕੁਝ ਕੈਦੀਆਂ ਦੇ ਨਿਰਬਖਸ਼ੀ ਹੋਣ ਦੀ ਵੀ ਗੱਲ ਆਖੀ ਜਾਂਦੀ ਹੈ, ਜੋ ਕਈ ਵਾਰ ਦੂਜੇ ਕੈਦੀਆਂ ਨੂੰ ਮਾਰ ਕੇ ਆਪਣਾ ਨਿਵਾਲਾ ਬਣਾ ਚੁੱਕੇ ਨੇ। ਨੰਬਰ 2, ਟੈਡਮੋਰ ਮਿਲਟਰੀ ਜੇਲ੍ਹ। ਇਹ ਖਤਰਨਾਕ ਜੇਲ੍ਹ ਸੀਰੀਆ ਦੇ ਵਿੱਚ ਸਥਿਤ ਹੈ, ਜਿਸ ਨੂੰ ਬੇਹੱਦ ਖਤਰਨਾਕ ਜੇਲ੍ਹ ਮੰਨਿਆ ਜਾਂਦਾ ਹੈ, ਪਰ ਹੁਣ ਇਸ ਜੇਲ੍ਹ ਨੂੰ ISIS ਦੇ ਅੱਤਵਾਦੀਆਂ ਨੇ ਤਬਾਹ ਕਰ ਦਿੱਤਾ ਹੈ। ਐਮਨੈਸਟੀ ਇੰਟਰਨੈਸ਼ਨਲ ਤੋਂ ਇੱਕ ਕੈਦੀ ਨੇ ਦੱਸਿਆ ਕਿ ਇਸ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਨੂੰ ਗਾਰਡਾਂ ਦੇ ਵੱਲੋਂ ਅਣਗਿਣਤ ਘੋੜੇ ਮਾਰੇ ਜਾਂਦੇ ਸੀ। ਕਈ ਵਾਰ ਤਾਂ ਕੈਦੀਆਂ ਨੂੰ ਰੱਸੀ ਨਾਲ ਬੰਨ੍ਹ ਕੇ ਲਟਕਾ ਦਿੱਤਾ ਜਾਂਦਾ ਸੀ ਅਤੇ ਫਿਰ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਇਹਨੇ ਜ਼ਿਆਦਾ ਤਸ਼ੱਦਦ ਤੋਂ ਤੰਗ ਆ ਕੇ ਇੱਥੇ ਬੰਦ ਕੈਦੀ ਮੌਤ ਦੀ ਭੀਖ ਮੰਗਦੇ ਸੀ। 2001 ਦੌਰਾਨ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਇੱਕ ਸਮੇਂ ਇੱਥੇ ਮਿੰਟਾਂ ਦੇ ਵਿੱਚ ਹਜ਼ਾਰਾਂ ਕੈਦੀਆਂ ਨੂੰ ਮਾਰ ਦਿੱਤਾ ਗਿਆ ਸੀ ਤਾਂ ਜੋ ਜੇਲ੍ਹ ਦੇ ਵਿੱਚ ਦੂਜੇ ਕੈਦੀਆਂ ਲਈ ਜਗ੍ਹਾ ਖਾਲੀ ਕੀਤੀ ਜਾ ਸਕੇ। ਨੰਬਰ 3, ਸਬਾਂਟਾ ਜੇਲ੍ਹ। ਇਹ ਖਤਰਨਾਕ ਅਤੇ ਬੇਹੱਦ ਬਦਨਾਮ ਜੇਲ੍ਹ ਵੈਨਜੁਏਲਾ 'ਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇੱਥੇ ਪੁਲਿਸ ਮੁਲਾਜ਼ਮ ਕੈਦੀਆਂ ਦੇ ਕੋਲੋਂ ਪੈਸੇ ਲੈਂਦੇ ਨੇ ਅਤੇ ਫਿਰ ਉਹਨਾਂ ਨੂੰ ਸੌਣ ਦੇ ਲਈ ਕਮਰੇ ਅਤੇ ਬਿਸਤਰੇ ਦਿੰਦੇ ਨੇ। ਇਸ ਜੇਲ੍ਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੈਦੀ ਕੈਦ ਕੀਤੇ ਹੋਏ ਨੇ। ਇਸ ਜੇਲ੍ਹ ਨੂੰ ਸਾਲ 2013 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਇਸ ਦੇ ਵਿੱਚ 3500 ਕੈਦੀ ਰਹਿੰਦੇ ਸੀ, ਜਦਕਿ ਇੱਥੇ ਸਿਰਫ 700 ਕੈਦੀਆਂ ਦੇ ਰਹਿਣ ਦੀ ਹੀ ਜਗ੍ਹਾ। ਇਹਨਾਂ ਕੈਦੀਆਂ ਦੇ ਵਿੱਚ ਬੱਚੇ ਵੀ ਸ਼ਾਮਲ ਸਨ। ਇਸ ਜੇਲ੍ਹ ਦੇ ਵਿੱਚ ਗੈਂਗਵਾਰ ਹੋਣ ਦੀਆਂ ਘਟਨਾਵਾਂ ਆਮ ਹੀ ਰਹਿੰਦੀਆਂ ਸੀ, ਪਰ ਸਾਲ 2013 ਦੌਰਾਨ ਜੇਲ੍ਹ ਦੇ ਅੰਦਰ ਹੋਈ ਹਿੰਸਾ ਦੇ ਵਿੱਚ ਕੁੱਲ 69 ਲੋਕਾਂ ਦੀ ਮੌਤ ਹੋ ਗਈ ਸੀ। ਪੇਟਕ ਆਈਲੈਂਡ ਜੇਲ੍ਹ। ਇਹ ਖਤਰਨਾਕ ਜੇਲ੍ਹ ਰੂਸ ਦੀ ਨੋਵੋਜ਼ੀਰੋ ਝੀਲ ਦੇ ਵਿੱਚ ਪੇਟਕ ਆਈਲੈਂਡ 'ਤੇ ਸਥਿਤ ਹੈ, ਜਿਸ ਵਿੱਚ ਖਤਰਨਾਕ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਇੱਥੇ ਲਗਭਗ 193 ਕੈਦੀ ਉਮਰ ਕੈਦ ਯਾਨੀ ਕਿ ਪੂਰੇ ਜੀਵਨ ਭਰ ਦੇ ਲਈ ਸਜ਼ਾ ਕੱਟ ਰਹੇ ਨੇ। ਸਿਰਫ 2 ਲੱਕੜੀਆਂ ਦੇ ਪੁਲ ਆਈਲੈਂਡ ਨੂੰ ਮੁੱਖ ਜ਼ਮੀਨ ਦੇ ਨਾਲ ਜੋੜਦੇ ਨੇ। ਇੱਥੇ ਬੰਦ ਕੀਤੇ ਗਏ ਕੈਦੀਆਂ ਨੂੰ ਇਕੱਲੇ ਰੂਮ ਦੇ ਵਿੱਚ 2.5 ਘੰਟੇ ਬਿਤਾਉਣੇ ਪੈਂਦੇ ਨੇ, ਜਦਕਿ 1.5 ਘੰਟੇ ਲਈ ਉਹਨਾਂ ਨੂੰ ਬਾਰੀ ਪਿੰਜਰੇ ਦੇ ਵਿੱਚ ਬੰਦ ਕੀਤਾ ਜਾਂਦਾ ਹੈ। ਇਹਨਾਂ ਕੈਦੀਆਂ ਨੂੰ ਸਾਲ ਦੇ ਵਿੱਚ ਸਿਰਫ 1 ਵਾਰ ਹੀ ਲੋਕ ਇੱਥੇ ਮਿਲਣ ਦੇ ਲਈ ਆ ਸਕਦੇ ਨੇ। ਇਸੇ ਕਰਕੇ ਇਸ ਜੇਲ੍ਹ ਨੂੰ ਮਨੋਵਿਗਿਆਨਿਕ ਰੂਪ ਦੇ ਨਾਲ ਬੇਹੱਦ ਖਤਰਨਾਕ ਮੰਨਿਆ ਜਾਂਦਾ ਹੈ। ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰਦ TV।